वाहिगुरु जी का खालसा, वाहिगुरु जी की फतेह। मैं भाई अनुतपाल सिंह डिब्रूगढ़ जेल आसाम तो अज 19 फरवरी तरीक है, लगभग सानू एक साल पूरा इत्थे डिब्रूगढ़ जेल च आया हो गया। पर जिहड़ियां पिछले एक साल तो जिहड़ी ताड़ना ते जो कुछ इत्थे हो रहा है, असीं बहुत घट संगतां दे नाल इस सांझी करदे हां, क्योंकि सानू बार बार यह नहीं हुंदा कि साडे नाल हो रहा जी हो रहा। असीं जो कीता अपने गुरु ने कीता, कौम लई कीता, ते उहदे बदले सानू कौम ने जिन्ना प्रेम बख्शिया ਉਹ ਬਹੁਤ ਜ਼ਿਆਦਾ ਹੈ। ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ। ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੈੱਲਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ਨ ਦੇ ਰੂਪ ਦੇ ਵਿੱਚ, ਅਤੇ ਹਿਡਨ ਕੈਮਰੇ ਲਾ ਕੇ ਚਲੇ ਗਏ। ਉਹ ਹਿਡਨ ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਹੈ ਉਹਦੇ 'ਚ ਇਹਨਾਂ ਨੇ ਲਾਏ ਆ। ਔਰ ਉਹ ਜਦੋਂ ਸਾਨੂੰ ਥੋੜ੍ਹਾ ਜਿਹਾ ਡਾਊਟ ਹੋਇਆ, ਅਸੀਂ ਹਿਡਨ ਕੈਮਰੇ ਲਾਏ, ਉਹਨੂੰ ਲਾਉਣ ਤੋਂ ਬਾਅਦ 'ਚ ਅਸੀਂ ਲੋਕਲ DM ਨੂੰ ਇੱਥੇ ਬੁਲਾਇਆ, ਜਿਹੜਾ ਡਿਊਟੀ ਮੈਜਿਸਟਰੇਟ ਸੀ, ਉਹਦੇ ਸਾਹਮਣੇ ਉਹ ਲਾਏ ਦਿਖਾਏ, ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਹਿਡਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ। ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿੱਚ ਬੋਰਡ 'ਚ ਲਗਾ ਕੇ ਲਾਈ ਸੀ, ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ। ਸੋ ਇਸ ਕਰਕੇ ਉਹ 2 ਘੰਟੇ 'ਚ ਅਸੀਂ ਫੜ ਲਈ। ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਇਹ 200-300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸੈੱਲਾਂ 'ਚ ਵੜੇ ਆ ਸਾਡਿਆਂ 'ਚ। ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ, ਇੱਥੋਂ ਤੱਕ ਵੀ TV ਚੁੱਕ ਲਏ, ਰਿਮੋਟ ਚੁੱਕ ਲਏ, ਮਸ਼ੀਨਾਂ ਚੱਕ ਲਈਆਂ ਕੰਨਾਂ ਦੀਆਂ, ਜਾਂ ਜਿਹੜੀਆਂ ਕੋਈ ਅਸੈਂਸ਼ਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ। ਅਤੇ ਉਹ ਚੁੱਕ ਕੇ ਬਾਅਦ 'ਚ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ, ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ 2 ਸੈੱਲ ਫੋਨ ਆਪਣੇ ਕੋਲੋਂ ਹੀ ਉੱਥੇ ਪਲਾਨ ਕਰਕੇ ਸਾਡੇ ਸਾਹਮਣੇ ਹੀ ਰੱਖ ਦਿੱਤੇ ਨੇ ਜੀ, ਇਹ ਤੁਹਾਡੇ ਨੇ, ਇੱਕ ਸਮਾਰਟਫੋਨ ਅਤੇ ਇੱਕ ਦੂਸਰਾ ਫੋਨ ਹੈ, ਇੱਕ ਬਹੁਤ ਘੜੀ ਹੈ ਮਾਮੂਲੀ ਜੀ 10-20 ਰੁਪਏ ਦੀ, 50 ਰੁਪਏ ਦੀ ਬੱਚਿਆਂ ਵਾਲੀ, ਉਹਨੂੰ ਇਹਨਾਂ ਨੇ ਸਮਾਰਟ ਵਾਚ ਦਾ ਨਾਂ ਦੇ ਦਿੱਤਾ। ਸੋ ਇੱਦਾਂ ਦੀਆਂ ਹਰਕਤਾਂ ਦੇ ਉੱਤਰੇ ਹੋਏ ਆ। 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅੰਨ ਨਹੀਂ ਛੱਡਣਾ। ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅੰਨ ਦੇ ਵਿੱਚ ਕੁਛ ਮਿਲਾ ਕੇ ਦੇਣ ਦਾ। ਮਰਨ ਤੋਂ ਅਸੀਂ ਨਹੀਂ ਡਰਦੇ, ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਹਾਂ। ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਨੇ ਸਾਨੂੰ ਮਾਰਨਾ ਜਾਂ ਕੁਛ ਕਰਨਾ ਹੈ, ਮਰਦਾਂ ਵਾਲੇ ਕੰਮ ਕਰੋ, ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਬੰਦ ਕਰ ਦਿਓ। ਇੱਦਾਂ ਕਰੋ ਵੀ ਪੰਜਾਬ ਸਾਨੂੰ ਲਿਆਓ, ਜਿਹੜੇ ਚੌਂਕ 'ਚ ਖੜ ਕੇ ਫਾਹੇ ਡੰਗਾਂ ਟੰਗ ਦਿਓ, ਜਿੱਥੇ ਖੜ ਕੇ ਫਾਂਸੀ ਦੇਣੀ ਦੇ ਦਿਓ, ਜਿੱਥੇ ਗੋਲੀ ਮਾਰਨੀ ਮਾਰ ਦਿਓ, ਅਸੀਂ ਪਰਵਾਹ ਨਹੀਂ ਕਰਦੇ। ਹੁੰਦਾ ਆਇਆ ਸਾਡੇ ਨਾਲ, ਸਾਡੀ ਕੌਮ ਨਾਲੇ ਹੁੰਦਾ ਆਇਆ, ਪਰ ਹੁਣ ਇਹ ਗੱਲ ਸਿਰੋਂ ਬਾਣੀ ਲੰਘ ਗਿਆ। ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ, ਸੰਗਤ ਨੂੰ, ਨੌਜਵਾਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨ ਜਲ ਤਿਆਗਿਆ, ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ, ਜਿਹਨਾਂ 'ਚੋਂ ਬਸੰਤ ਸਿੰਘ, ਚਾਚਾ ਹਰਦੀਪ ਸਿੰਘ ਤੇ ਹੋਰ ਵੀ 1-2 ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ। ਕਿਸੇ ਵੀ ਬੰਦੇ ਦੀ ਮੌਤ ਹੁੰਦੀ, ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਇਹ ਸਾਰੇ ਸੰਘਰਸ਼ ਦੇ ਵਿੱਚ, ਤੇ ਅਸੀਂ ਇਹ ਚਾਹੁੰਦੇ ਹਾਂ ਵੀ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਦਾ ਸੰਸਕਾਰ ਹੋਵੇ। ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ, ਅਸੀਂ ਹੁਣ ਇਹ ਫੈਸਲਾ ਕੀਤਾ, ਜਾਂ ਤਾਂ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀਆਂ ਲਾਸ਼ਾਂ ਪੰਜਾਬ ਜਾਣਗੀਆਂ, ਇਹਨਾਂ ਦੋਵਾਂ 'ਚ ਇੱਕ ਫੈਸਲਾ ਹੋਊਗਾ। ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅੰਨ ਜਲ ਅਸੀਂ ਤਿਆਗਿਆ ਅਸੀਂ ਉੱਥੋਂ ਪਿੱਛੇ ਨਹੀਂ ਹਟਣਾ। ਸੋ ਇਹੋ ਹੀ ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ, ਇਹ DC ਅੰਮ੍ਰਿਤਸਰ ਨੂੰ ਸਵਾਲ ਕਰੋ ਵੀ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ, ਇਹਦੀ ਵਜ੍ਹਾ ਕੀ ਹੈ। ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ, ਰਿਕਵਰ ਨਹੀਂ ਹੋਇਆ, ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਊਂਡਾਂ ਸਾਡੀਆਂ ਹਰ 3 ਮਹੀਨਿਆਂ ਬਾਅਦ ਵਧਾਉਂਦੇ ਨੇ, ਕਦੀ ਕਿਸੇ ਫੇਸਬੁੱਕ ਦੀ ਪੋਸਟ 'ਤੇ, ਕਦੀ ਕਿਸੇ 'ਤੇ। ਸੋ ਇਹ ਕੀ ਕਰਨਾ ਚਾਹੁੰਦੇ ਨੇ? ਸੋ ਇਸ ਕਰਕੇ ਅਸੀਂ ਇਹ ਜਿਹੜਾ ਵਾ ਨਾ, ਮਹਾਰਾਜ ਦੇ ਹੱਥ ਸਾਰਾ ਕੁਝ ਹੈ। ਅਸੀਂ ਸਤਿਗੁਰ ਅੱਗੇ ਅਰਦਾਸ ਬੇਨਤੀ ਕਰਨੀ, ਕਿਸੇ ਅੱਗੇ ਤਰਲਾ ਮਿੰਨਤ ਨਹੀਂ ਕਰਨੀ, ਅਤੇ ਅਸੀਂ ਇਹਨਾਂ ਨੂੰ ਲੀਡਰਾਂ ਨੂੰ ਵੀ ਕਹਿਣਾ ਚਾਹੁੰਦੇ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨੀਗੀ, ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸੱਤਾ ਤੋਂ ਬਾਹਰ ਜਾਓਗੇ। ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ, ਇਹ ਉੱਠਣ ਦਾ ਸਮਾਂ ਉੱਠਣਾ ਚਾਹੀਦਾ। ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਹਾਂ, ਇਹ ਅਸੀਂ ਸੰਘਰਸ਼ ਕਰਾਂਗੇ ਅਤੇ ਆਖਰੀ ਦਮ ਤੱਕ ਸੰਘਰਸ਼ ਕਰਾਂਗੇ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।